ਬੱਸ ਹਾਦਸੇ ਦੀ ਹੁਣੇ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਤੁਹਾਨੂੰ ਦੱਸ ਦਈਏ ਕਿ ਸਕੂਟੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਬੱਸ ਦਾ ਵੱਡਾ ਹਾਦਸਾ ਹੋਇਆ, ਜਿਸ ਦੇ ਵਿੱਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਲੋਕਾਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਇਹ ਵੱਡਾ ਹਾਦਸਾ ਦੱਸ ਦਈਏ ਕਿ ਕਾਦੀਆਂ ਦੇ ਵਿੱਚ ਹੋਇਆ ਹੈ, ਜਿੱਥੇ ਕਿ ਬੱਸ ਦੇ ਵਿੱਚ ਕਈ ਸਵਾਰੀਆਂ ਸਵਾਰ ਹੁੰਦੀਆਂ ਨੇ। ਤਾਂ ਸਾਹਮਣੇ ਤੋਂ ਇੱਕ ਸਕੂਟੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਬੱਸ ਦਾ ਵੱਡਾ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਸਕੂਟੀ ਨੂੰ ਵੀ ਟੱਕਰ ਲੱਗਦੀ ਹੈ, ਜਿਸ ਦੇ ਵਿੱਚ ਸਕੂਟੀ ਸਵਾਰ ਵੀ ਗੰਭੀਰ ਜ਼ਖਮੀ ਹੋਇਆ। ਤਾਂ ਇਹ ਮੌਕੇ ਦੀਆਂ ਹੁਣ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ, ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਹੋਇਆ। ਤਾਂ ਇਹ ਸੀਸੀਟੀਵੀ ਵੀਡੀਓ ਵੇਖੋ ਕਿਵੇਂ ਸਕੂਟੀ ਸਵਾਰ ਜਾ ਰਿਹਾ ਸੀ, ਤਾਂ ਇਹ ਤੇਜ਼ ਰਫ਼ਤਾਰ ਬੱਸ ਸੀ, ਇਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸਦੀ ਬੱਸ ਸਟੈਂਡ ਦੇ ਨਾਲ ਟੱਕਰ ਹੋ ਜਾਂਦੀ ਹੈ। ਤਾਂ ਟੱਕਰ ਤੋਂ ਬਾਅਦ ਸਕੂਟੀ ਸਵਾਰ ਵੀ ਹੇਠਾਂ ਡਿੱਗਦਾ ਹੈ, ਪਰ ਬੱਸ 'ਚ ਬੈਠੀਆਂ 3 ਸਵਾਰੀਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਜਦਕਿ 6 ਲੋਕਾਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਕਈ ਲੋਕ ਦੱਸ ਦਈਏ ਕਿ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਅਤੇ ਇਲਾਜ ਕੀਤਾ ਜਾ ਰਿਹਾ। ਬੱਸ ਹਾਦਸੇ ਦੀ ਹੁਣੇ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਤੁਹਾਨੂੰ ਦੱਸ ਦਈਏ ਕਿ ਸਕੂਟੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਬੱਸ ਦਾ ਵੱਡਾ ਹਾਦਸਾ ਹੋਇਆ, ਜਿਸ ਦੇ ਵਿੱਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਲੋਕਾਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਇਹ ਵੱਡਾ ਹਾਦਸਾ ਦੱਸ ਦਈਏ ਕਿ ਕਾਦੀਆਂ ਦੇ ਵਿੱਚ ਹੋਇਆ ਹੈ, ਜਿੱਥੇ ਕਿ ਬੱਸ ਦੇ ਵਿੱਚ ਕਈ ਸਵਾਰੀਆਂ ਸਵਾਰ ਹੁੰਦੀਆਂ ਨੇ। ਤਾਂ ਸਾਹਮਣੇ ਤੋਂ ਇੱਕ ਸਕੂਟੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਬੱਸ ਦਾ ਵੱਡਾ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਸਕੂਟੀ ਨੂੰ ਵੀ ਟੱਕਰ ਲੱਗਦੀ ਹੈ, ਜਿਸ ਦੇ ਵਿੱਚ ਸਕੂਟੀ ਸਵਾਰ ਵੀ ਗੰਭੀਰ ਜ਼ਖਮੀ ਹੋਇਆ। ਤਾਂ ਇਹ ਮੌਕੇ ਦੀਆਂ ਹੁਣ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ, ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਹੋਇਆ। ਤਾਂ ਇਹ ਸੀਸੀਟੀਵੀ ਵੀਡੀਓ ਵੇਖੋ ਕਿਵੇਂ ਸਕੂਟੀ ਸਵਾਰ ਜਾ ਰਿਹਾ ਸੀ, ਤਾਂ ਇਹ ਤੇਜ਼ ਰਫ਼ਤਾਰ ਬੱਸ ਸੀ, ਇਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸਦੀ ਬੱਸ ਸਟੈਂਡ ਦੇ ਨਾਲ ਟੱਕਰ ਹੋ ਜਾਂਦੀ ਹੈ। ਤਾਂ ਟੱਕਰ ਤੋਂ ਬਾਅਦ ਸਕੂਟੀ ਸਵਾਰ ਵੀ ਹੇਠਾਂ ਡਿੱਗਦਾ ਹੈ, ਪਰ ਬੱਸ 'ਚ ਬੈਠੀਆਂ 3 ਸਵਾਰੀਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਜਦਕਿ 6 ਲੋਕਾਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਕਈ ਲੋਕ ਦੱਸ ਦਈਏ ਕਿ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਅਤੇ ਇਲਾਜ ਕੀਤਾ ਜਾ ਰਿਹਾ। ਬੱਸ ਹਾਦਸੇ ਦੀ ਹੁਣੇ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਤੁਹਾਨੂੰ ਦੱਸ ਦਈਏ ਕਿ ਸਕੂਟੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਬੱਸ ਦਾ ਵੱਡਾ ਹਾਦਸਾ ਹੋਇਆ, ਜਿਸ ਦੇ ਵਿੱਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਲੋਕਾਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਇਹ ਵੱਡਾ ਹਾਦਸਾ ਦੱਸ ਦਈਏ ਕਿ ਕਾਦੀਆਂ ਦੇ ਵਿੱਚ ਹੋਇਆ ਹੈ, ਜਿੱਥੇ ਕਿ ਬੱਸ ਦੇ ਵਿੱਚ ਕਈ ਸਵਾਰੀਆਂ ਸਵਾਰ ਹੁੰਦੀਆਂ ਨੇ। ਤਾਂ ਸਾਹਮਣੇ ਤੋਂ ਇੱਕ ਸਕੂਟੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਬੱਸ ਦਾ ਵੱਡਾ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਸਕੂਟੀ ਨੂੰ ਵੀ ਟੱਕਰ ਲੱਗਦੀ ਹੈ, ਜਿਸ ਦੇ ਵਿੱਚ ਸਕੂਟੀ ਸਵਾਰ ਵੀ ਗੰਭੀਰ ਜ਼ਖਮੀ ਹੋਇਆ। ਤਾਂ ਇਹ ਮੌਕੇ ਦੀਆਂ ਹੁਣ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ, ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਹੋਇਆ। ਤਾਂ ਇਹ ਸੀਸੀਟੀਵੀ ਵੀਡੀਓ ਵੇਖੋ ਕਿਵੇਂ ਸਕੂਟੀ ਸਵਾਰ ਜਾ ਰਿਹਾ ਸੀ, ਤਾਂ ਇਹ ਤੇਜ਼ ਰਫ਼ਤਾਰ ਬੱਸ ਸੀ, ਇਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸਦੀ ਬੱਸ ਸਟੈਂਡ ਦੇ ਨਾਲ ਟੱਕਰ ਹੋ ਜਾਂਦੀ ਹੈ। ਤਾਂ ਟੱਕਰ ਤੋਂ ਬਾਅਦ ਸਕੂਟੀ ਸਵਾਰ ਵੀ ਹੇਠਾਂ ਡਿੱਗਦਾ ਹੈ, ਪਰ ਬੱਸ 'ਚ ਬੈਠੀਆਂ 3 ਸਵਾਰੀਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਜਦਕਿ 6 ਲੋਕਾਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਕਈ ਲੋਕ ਦੱਸ ਦਈਏ ਕਿ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਅਤੇ ਇਲਾਜ ਕੀਤਾ ਜਾ ਰਿਹਾ ਹੈ।